ਆਖਿਆ ਸੀ ਵੀ ਮੇਰਾ ਦਿਲ ਕਰਦਾ ਜਿਹੜਾ ਵਿਆਹ ਤੇ ਪੰਜ ਛੇ ਸਖਲਾਨ ਆ ਉਹਦੇ ਵਿੱਚੋਂ ਆ ਵੀ ਹਾਜ਼ਰੀ ਲਾਵਾਂ ਕਿ ਸਰਦੀਆਂ ਦੇ ਦਿਨ ਨੇ ਇੱਕ ਇੱਕ ਜਾਂ ਦੋ ਦੋ ਕਿਲੋ ਮਕਈ ਦਾ ਆਟਾ ਤੇ ਇੱਕ ਇੱਕ ਕਿਲੋ ਗੁੜ ਮੇਰਾ ਦਿਲ ਕਰਦਾ ਹਰ ਬੀਬੀ ਨੂੰ ਦੇਵਾਂ ਕਿ ਉਹ 600 ਵਿਧਵਾ ਬੀਬੀਆਂ ਦੀਆਂ ਅਸੀਸਾਂ ਮੇਰੇ ਪੁੱਤਰ ਦੇ ਵਿਆਹ ਵਿੱਚ ਵੀ ਸ਼ਾਮਲ ਹੋ ਜਾਵੇ। ਆਖੋ ਸਤਨਾਮ। ਇਹਨੂੰ ਛੋਟੀ ਗੱਲ ਨਾ ਸਮਝ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਧੌਲ ਧਰਮ ਦਇਆ ਕਾ, ਕਿੱਡੀ ਵੱਡੀ ਗੱਲ ਹੈ ਕਿ ਦਇਆ ਨੂੰ ਮਾਂ ਕਿਹਾ ਤੇ ਧਰਮ ਨੂੰ ਪੁੱਤਰ ਕਿਹਾ। ਤੇ ਕਹਿੰਦੇ ਜਦ ਤੱਕ ਮਾਂ ਨਾ ਆਵੇ ਪੁੱਤਰ ਦਾ ਜਨਮ ਹੋ ਹੀ ਨਹੀਂ ਸਕਦਾ, ਪਹਿਲੇ ਮਾਂ ਆਏਗੀ ਤੇ ਪੁੱਤਰ ਆਏਗਾ। ਸਿੱਖਾ, ਜਦ ਤੱਕ ਤੇਰੀ ਜ਼ਿੰਦਗੀ 'ਚ ਦਇਆ ਨਹੀਂ ਆਈ ਧਰਮ ਆ ਹੀ ਨਹੀਂ ਸਕਦਾ। ਬੜਾ ਵੱਡਾ ਸਾਡੇ ਮਾਲਕ ਰਹਿਬਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਮੈਸੇਜ ਹੈ, ਧੌਲ ਧਰਮ ਦਇਆ ਕਾ, ਪੂਤ ਦਇਆ ਮਾਂ ਹੈ ਧਰਮ ਪੁੱਤਰ ਹੈ। ਆਪਣੇ ਕਾਰਜਾਂ ਵਿੱਚ ਦਇਆ ਲਿਆ, ਮਾਂ ਨੂੰ ਲਿਆ, ਪੁੱਤਰ ਤਾਂ ਆਏਗਾ। ਆਖੋ ਸਾਹਿਬ। ਇਹ ਚਾਰ ਚੀਜ਼ਾਂ ਵਿਆਹਾਂ 'ਚ, ਅੱਜ ਪੰਜਵੀਂ ਜੀ। ਕਹਿੰਦੇ ਕਈਆਂ ਦੇ ਆਨੰਦ ਕਾਰਜਾਂ ਦੀ ਰੋਟੀ ਵਿੱਚ ਮਾਸ ਤੇ ਸ਼ਰਾਬ ਵੀ ਹੁੰਦੀ ਤੇ ਕਈਆਂ ਦੇ ਰੋਟੀ 'ਚ ਨਹੀਂ ਹੁੰਦੀ, ਲੁੱਕ ਕੇ ਕਰਦੇ ਆ, ਲੁੱਕ ਕੇ। ਰੱਬ ਕੋ ਕਿੱਥੋਂ ਛਿਪਾ ਲਓਗੇ? ਆਖੋ ਸਾਹਿਬ। ਕਹਿੰਦੇ ਨਹੀਂ, ਮੇਰੇ ਵਪਾਰ ਵਾਲੇ ਬੰਦੇ ਹੈ, ਉਹਨਾਂ ਲਈ ਮੈਂ ਵੱਖਰਾ ਕੀਤਾ ਹੋਇਆ। ਆਖੋ ਸਾਹਿਬ। ਰੱਬ ਵੇਖ ਰਿਹਾ, ਬਾਜਾਂ ਬਾਲਾ ਵੇਖ ਰਿਹਾ। ਮੈਂ ਕੀ ਆਖਾਂ, ਬਾਜਾਂ ਵਾਲਾ ਤੇ ਇੱਕ ਪਾਸੇ, ਬਾਬਾ ਦੀਪ ਸਿੰਘ ਵੇਖ ਰਿਹਾ। ਗੱਜ ਕੇ ਆਖੋ ਸਾਹਿਬ। ਉਹਦੇ ਸ਼ਹੀਦ ਸਿੰਘ ਦੀ ਮਾਣ ਹੋਈ ਘੱਟ ਘੱਟ ਤੇ ਕਈ ਵਿਆਹ ਦੀ ਰੋਟੀ 'ਚ ਵੀ ਨਹੀਂ ਕਰਦੇ ਪਰ ਬਾਅਦ ਵਿੱਚ ਪਾਰਟੀ 'ਚ ਕਰਦੇ। ਅੱਜ ਇਹ ਆਨੰਦ ਕਾਰਜਾਂ 'ਚ ਪੰਜਵਾਂ, ਸਿਰਫ ਚਾਰ ਪੰਜ ਮਿੰਟ ਟਿਕਾਓ ਦੇਣਾ। ਉਹ ਕੀ ਕਹਿੰਦੇ, ਭਾਵੇਂ ਪਾਰਟੀ ਤੇ ਭਾਵੇਂ ਵਿਆਹ ਦੀਆਂ ਰੋਟੀਆਂ, ਗੁਰੂ ਕੇ ਸਿੱਖ ਦੀਆਂ ਮਾਸ ਤੇ ਸ਼ਰਾਬ ਤੋਂ ਬਗੈਰ ਹੋਣ। ਆਖੋ ਸਤਨਾਮ। ਇਹਨਾਂ ਤੋਂ ਬਿਨਾਂ ਇਹ ਮਹਾਂਪੁਰਸ਼ਾਂ ਦੇ ਬਚਨ ਨੇ। ਅਨੇਕਾਂ ਬੱਕਰੇ ਤੇ ਮੁਰਗੇ ਮਾਰ ਕੇ ਬੱਚੇ ਬੱਚੀ ਦੀ ਜੋੜੀ ਦੇ ਵਿੱਚ ਵੱਧ ਦੁਆਵਾਂ ਨਹੀਂ ਕੱਟੀਆਂ। ਮੈਨੂੰ ਇੱਕ ਸਿੰਘ ਸਾਹਿਬ ਨੇ ਬਚਨ ਸੁਣਾਇਆ। ਉਹ ਕਹਿੰਦੇ ਕਈ ਸਾਨੂੰ ਵਿਆਹਾਂ ਦੇ ਸੱਦ ਲੈਂਦੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਇਹਨਾਂ ਨੇ ਮਾਸ ਵੀ ਸ਼ਰਾਬ। ਫਿਰ ਕਹਿੰਦੇ ਜਦੋਂ ਬੱਚੇ ਬੱਚੀ ਨੂੰ ਅੱਗੇ ਕਰਦੇ ਆ ਜੀ, ਸਿੰਘ ਸਾਹਿਬ ਇਹਨਾਂ ਨੂੰ ਸੀਸ ਦਿਓ। ਉਹ ਫਿਰ ਸਿੰਘ ਸਾਹਿਬ ਨੇ ਬਚਨ ਸੁਣਾਇਆ, ਕਹਿੰਦੇ ਮੇਰੀ ਅਸੀਸ ਨਾਲ ਕੀ ਬਣੇਗਾ, ਉਸ ਅਸੀਸ ਤੋਂ ਪਹਿਲਾਂ ਕਿੰਨੇ ਜੀਵਾਂ ਦੀਆਂ ਬਦ ਦੁਆਵਾਂ ਤੁਸੀਂ ਇਕੱਠੀਆਂ ਕੀਤੀਆਂ। ਗੱਜ ਕੇ ਆਖੋ ਸਾਹਿਬ। ਜਲੰਧਰ ਦਾ ਸਰੀਰ ਕੁੜੀ ਦੇ ਕਰਮ, ਰਿਸ਼ਤਾ ਬੜੇ ਧਨ ਵਾਲੇ ਘਰ ਚ ਹੋ ਗਿਆ, ਸ਼ੌਕਰ ਘਰ ਧੀ ਦਾ ਰਿਸ਼ਤਾ, ਰੋਕਾ ਠਾਕਾ ਲੱਗ ਗਿਆ, ਅਰਦਾਸ ਹੋ ਗਈ, ਸਗਨ ਵੀ ਲੱਗ ਗਿਆ। ਹੁਣ ਮਹੀਨੇ ਨੂੰ ਵਿਆਹ ਹੈ ਤੇ ਲੜਕੇ ਵਾਲੇ ਕਹਿੰਦੇ ਹੈ ਰੋਟੀ 'ਚ ਮਾਸ ਵੀ ਲੈਣਾ ਤੇ ਸ਼ਰਾਬ ਵੀ ਲੈਣੀ।
ਇਸੇ ਕਨੇਹਿਆ ਕਿਤਾਬ ਉਹਦੇ ਵਿੱਚ ਜ਼ਿਕਰ ਹੈ। ਉਹਨੇ ਇੱਕ ਦੋ ਵਾਰੀ ਨਾ ਨੁਕਰ ਕੀਤੀ, ਮੁੰਡੇ ਵਾਲੇ ਨਾ ਮੰਨੇ, ਕਹਿੰਦੇ ਨਹੀਂ ਅਸੀਂ ਵਿਆਹ ਚ ਮਾਸ ਸ਼ਰਾਬ। ਲੜਕੀ ਦਾ ਪਿਤਾ ਮੰਨ ਗਿਆ, ਕਹਿੰਦੇ 10 ਦਿਨ ਪਹਿਲੇ ਡੱਬਾ ਤੇ ਕਾਰਡ ਲੈ ਕੇ ਗਿਆ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ, ਆਖੋ ਸਾਹਿਬ ਉਹਨਾਂ ਦੀ ਸੰਸਥਾ ਵੱਲੋਂ ਇੱਕ ਕਿਤਾਬ ਇਸੇ ਕਨੇਹਾ ਜਿਹਦੇ ਕੁਝ ਜ਼ਿਕਰ ਬੀਤੇ ਲਿਖੇ ਹੈ। ਮਹਾਂਪੁਰਸ਼ ਬਾਬਾ ਸੇਵਾ ਸਿੰਘ, ਬਾਬਾ ਹਰਨਾਮ ਸਿੰਘ ਜੀ ਦੇ ਸੇਵਕ, ਉਹਨਾਂ ਕਹਿੰਦੇ ਡੱਬਾ ਕਾਰਡ ਰੱਖਿਆ, ਕਹਿਣ ਲੱਗਾ ਜੀ 10 ਕੁ ਦਿਨ ਨੂੰ ਮੇਰੀ ਸ਼ਾਦੀ ਬੇਟੀ ਦੀ, ਮੈਂ ਸੰਗੀ ਹਾਂ ਤੁਹਾਡਾ ਦਰਸ਼ਨ ਦੇਣ। ਮਹਾਂਪੁਰਸ਼ ਪੁੱਛਣ ਲੱਗ ਪਏ ਕਿੱਥੇ ਰਿਸ਼ਤਾ ਹੋਇਆ, ਕੀ ਫਲਾਣੀ ਜਗ੍ਹਾ ਕੀ ਕੰਮ ਕਰਦੇ, ਮਰਿਆਦਾ ਜੀ ਵਿਆਹ ਕਰ ਰਹੇ ਹੋ? ਲੜਕੀ ਦੇ ਪਿਤਾ ਨੇ ਆਖਿਆ ਜੀ ਨਹੀਂ, ਵਿਆਹ ਵਿੱਚ ਮਾਸ ਵੀ ਹੈ ਸ਼ਰਾਬ ਵੀ ਹੈ। ਲੜਕੇ ਵਾਲੇ ਮੰਨਦੇ ਨਹੀਂ ਸੀ, ਮੈਨੂੰ ਹਾਮੀ ਭਰਨੀ ਪਈ। ਹਾਲੇ ਕਹਿੰਦੇ ਠੰਡਾ ਸਾਹ ਲੈ ਕੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਬਾਬਾ ਮਾਂ ਹਰਨਾਮ ਸਿੰਘ ਹੋਏ ਆ ਕੁੱਚੋ ਸਾਹਿਬ, ਇਹ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ, ਠੰਡਾ ਸਾਹ ਲੈ ਕੇ ਕਹਿੰਦੇ ਅਜੇ ਵੀ ਦਿਨ ਹੈਗੇ ਗੱਲ ਕਰ ਸੋਦਾ ਨਹੀਂ, ਤੂੰ ਕਿਉਂ ਮੰਨਿਆ, ਤੂੰ ਬੋਲਣਾ ਸੀ ਕਹਿਣਾ ਸੀ, ਕਿਵੇਂ ਮਰਿਆਦਾ ਰੂ ਇਹਦੇ ਜੀ। ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਜੀ ਆ, ਕਹਿੰਦੇ ਲੜਕੀ ਦੇ ਪਿਓ ਨੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਨੂੰ ਕਿਹਾ ਜੀ ਜੇ ਮੈਂ ਜ਼ਿਆਦਾ ਕਹਿੰਦਾ ਤੇ ਉਹਨਾਂ ਨੇ ਰਿਸ਼ਤਾ ਤੋੜ ਦੇਣਾ। ਗੱਲ ਹੁੰਦੀ ਜੇ ਧਿਆਨ ਮਹਾਂਪੁਰਸ਼ੋ, ਜੇ ਮੈਂ ਜ਼ਿਆਦਾ ਅੜਦਾ ਉਹਨਾਂ ਰਿਸ਼ਤਾ ਤੋੜ ਦੇਣਾ। ਜਿਹੜਾ ਜਵਾਬ ਦਿੱਤਾ ਜੀ ਮੈਨੂੰ ਤੇ ਬੜਾ ਕੁਝ ਮਿਲਿਆ, ਸ਼ਾਇਦ ਤੁਹਾਡੀ ਵੀ ਚੋਰੀ। ਕਹਿੰਦਾ ਜੀ ਮੈਂ ਤਾਂ ਨਹੀਂ ਬਹੁਤੀ ਜਿੱਦ ਕੀਤੀ, ਰਿਸ਼ਤਾ ਬੜੇ ਤਗੜੇ ਘਰ ਚ ਹੋਇਆ ਫਿਰ ਉਹਨਾਂ ਰਿਸ਼ਤਾ ਤੋੜ ਦੇਣਾ, ਜੇ ਜ਼ਿਆਦਾ ਮੈਂ ਫਿਰ ਕਹਿੰਦਾ ਮੈਨੂੰ ਡਰ ਸੀ ਰਿਸ਼ਤਾ ਨਾ ਤੋੜ। ਜਕਾਰਾ ਤਗੜਾ ਦੇਣਾ ਸੁਣਨ ਤੋਂ ਬਾਅਦ ਜਿਹੜਾ ਬਾਬਾ ਹਰਨਾਮ ਸਿੰਘ ਜੀ ਨੇ ਜਵਾਬ ਦਿੱਤਾ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਬਹੁਤਾ ਅੜਿਆ ਉਹਨਾਂ ਰਿਸ਼ਤਾ ਤੋੜ ਦੇਣਾ। ਬਾਬਾ ਹਰਨਾਮ ਸਿੰਘ ਜਿਨ੍ਹਾਂ ਦੀਆਂ ਦਿਨ ਰਾਤ ਬੰਦਗੀ ਕਮਾਈਆਂ ਜਪ ਤਪ ਬੈਟਰੀਆਂ ਚਾਰਜ, ਉਹ ਵਜਨ ਹੁੰਦਾ ਕਹਿਣ, ਕਹਿੰਦੇ ਓਏ ਭੋਲਿਆ ਓਏ ਭੋਲਿਆ ਆ ਕੀ ਕਹਿਤਾ ਜੀ, ਜੇ ਮੈਂ ਮਾੜਾ ਜਾ ਹੋਰ ਕਹਿੰਦਾ ਤੇ ਉਹਨਾਂ ਰਿਸ਼ਤਾ ਤੋੜ ਦੇਣਾ ਸੀ। ਉਹਨਾਂ ਨੇ ਇੱਕ ਜਵਾਬ ਦਿੱਤਾ ਜੀ ਮੈਨੂੰ ਬੜਾ ਅਪੀਲ ਕੀਤਾ, ਪਤਾ ਕੀ ਕਿਹਾ ਉਹਨਾਂ, ਕਹਿੰਦੇ ਭੋਲਿਆ ਜੇ ਤੇਰੀ ਬੱਚੀ ਦਾ ਦਾਣਾ ਪਾਣੀ ਉਸ ਘਰ ਚ ਲਿਖਿਆ ਨਾ ਤੇ ਮਾਸ ਸ਼ਰਾਬ ਦੀ ਦਾਵਤ ਦੇਣ ਨਾਲ ਉਹ ਦਾਣਾ ਪਾਣੀ ਖਤਮ ਨਹੀਂ ਹੋ ਸਕਦਾ। ਤੂੰ ਇਹ ਸਮਝੇ ਵੀ ਮੈਂ ਮਾਸ ਸ਼ਰਾਬ ਦੀ ਦਾਵਤ ਨਹੀਂ ਦਿਆਂਗਾ ਤੇ ਉਹ ਦਾਣਾ ਪਾਣੀ ਉਹ ਮਿਟ ਜਾਏਗਾ ਨਹੀਂ, ਇਹ ਮਾਸ ਸ਼ਰਾਬ ਨਾਲ ਤੂੰ ਆਪਣਾ ਅਗਲਾ ਗਲਤ ਕਰਮ ਬੀਜਣ ਲੱਗਾ। ਆਖੋ ਸਾਹਿਬ ਥੋੜੀ ਹਿੰਮਤ ਤੇ ਮਾਰ, ਐਵੇਂ ਐਡੇ ਵੱਡਾ ਬਦ ਦੁਆਵਾਂ ਦਾ ਫੈਸਲਾ ਲੈ ਲਿਆ ਤੂੰ, ਬੰਦਾ ਹਿੰਮਤ ਕਰੇ। ਮੈਂ ਦੁਬਾਰਾ ਬੋਲਣ ਲੱਗਾ, ਜੇ ਤੇਰੀ ਧੀ ਦਾ ਦਾਣਾ ਪਾਣੀ ਲਿਖਿਆ ਨਾ ਉਹ ਘਰ ਚ, ਇਹ ਨਹੀਂ ਵੀ ਤੂੰ ਮਾਂ ਸ਼ਰਾਬ ਨਹੀਂ ਦੇਗਾ ਤੇ ਉਹ ਦਾਣਾ ਪਾਣੀ ਲਿਖਿਆ ਮਿਟ ਜਾਏਗਾ। ਆਖੋ ਸਾਹਿਬ ਉਹਨੂੰ ਨਹੀਂ ਮਿਲ ਸਕਦਾ, ਹੜ ਤਾਂ ਸਹੀ
ਇਹ ਮੇਰੇ ਨਾਲ ਕਨੇਡਾ ਬੀਤੀ ਸੀ ਅਰਦਾਸ। ਜਿਹੜੇ ਕਨੇਡਾ ਦੇ ਜਾਣੂ ਹੋਣ, ਕਨੇਡਾ 'ਚ ਸ਼ਹਿਰ ਹੈ ਸਰੀ, ਉੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਉੱਥੇ ਹਾਜ਼ਰੀ ਸੀ। ਸੱਤ ਤੋਂ ਅੱਠ ਹੋਏਗੀ ਆ ਸ਼ਾਮ ਨੂੰ, ਉੱਥੇ ਫਿਰ ਅੱਠ ਅੱਠ ਹੀ ਹੁੰਦੇ ਨੇ ਪੂਰਾ। ਅਸੀਂ ਅਰਦਾਸ ਹੁਕਮ ਦਾ ਬੰਦ 8:20-8:25 ਮੈਂ ਲੰਗਰ ਘਰ ਆ ਗਿਆ, ਇੱਕ ਇੱਕ ਪ੍ਰਸ਼ਾਦਾ ਛਕਣਾ। ਉੱਥੇ ਹੁੰਦਾ ਵੀ ਥਾਲੀ ਆਪੇ ਲਈ, ਜੋ ਪਾਣਾ ਬਹਿ ਜੀ ਦਾ। ਮੇਰੇ ਤੋਂ 6 ਇੰਚ ਲੰਬਾ ਇੱਕ ਚੰਗਾ ਉੱਚਾ ਲੰਬਾ ਸੁਣਦਾ, ਉਹ ਲੰਗਰ ਘਰ 'ਚ ਮੈਨੂੰ ਉਹ ਕਨੇਡਾ ਦਾ ਸੀਨ ਯਾਦ ਆ ਗਿਆ। ਮੇਰੇ ਇੰਜ ਮੋਢੇ 'ਤੇ ਹੱਥ ਮਾਰ ਕੇ ਕਹਿੰਦਾ, ਭਾਈ ਸਾਹਿਬ ਸਾਈਡ 'ਤੇ ਆਉਣਾ, ਗੱਲ ਕਰਨੀ, ਆਖੋ ਸਤਿਨਾਮ। ਮੇਰਾ ਦਿਮਾਗ ਚਲਾ ਗਿਆ ਉੱਧਰ, ਮੈਂ ਕਿਹਾ ਇਹਨੂੰ ਕੋਈ ਕਥਾ 'ਚ ਗੱਲ ਚੰਗੀ ਨਹੀਂ ਲੱਗੀ, ਇਹਨੇ ਆਪਣੀ ਉਹ ਗੱਲ ਕੋਈ ਦਿਲ ਦੀ ਕਰਨੀ ਹੋਣੀ। ਕਿਉਂਕਿ 4 ਤਰ੍ਹਾਂ ਦੇ ਬੰਦੇ ਸੰਗਤ 'ਚ ਆਉਂਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਊਂਘੇ ਸੂੰਘੇ ਚੂੰਘੇ ਡੂੰਘੇ, ਆਖੋ ਸਤਿਨਾਮ। ਊਂਘੇ ਸੂੰਘੇ ਚੂੰਘੇ ਡੂੰਘੇ, ਕਈ ਸੰਗਤ 'ਚ ਆ ਕੇ ਸੌ ਜਾਂਦੇ ਆ, ਚੌਕ ਲੱਗ ਜਾਂਦੇ, ਊਂਘ ਆ ਗਿਆ, ਉਹਨੂੰ ਊਂਘੇ ਕਹਿੰਦੇ। ਇੱਕ ਸੂੰਘੇ ਹੁੰਦੇ ਆ, ਗਲਤੀ ਲੱਭਣ ਆਉਂਦੇ ਆ, ਗਲਤੀ ਕੀ ਹੋਈ ਆਹ ਵੇਖੀਏ, ਥੋੜ੍ਹਾ ਮੁਹੱਲੇ ਚਰਚਾ ਕਰਾਂਗੇ। ਬੰਦੇ ਕੋਲ ਤਾਂ ਗਲਤੀ ਹੋਣੀ, ਜਾਣ ਕੇ ਨਾ ਕਰ, ਰੱਬ ਰੱਬ ਹੀ ਹੈ, ਗੁਰੂ ਗੁਰੂ ਹੀ ਹੈ, ਬਾਕੀ ਭੁੱਲਣ ਆ ਰਹੀਆਂ ਆਪਾਂ। ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ ਰੱਬ ਗੁਰੂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਇਹ ਦੂਜੇ ਸੂੰਘੇ ਹੁੰਦੇ, ਤੀਜੇ ਚੂੰਘੇ, ਜਿਹੜੇ ਸ਼ਬਦ ਦਾ ਰਸ ਚੁੰਘਦੇ। ਚੌਥੇ ਡੂੰਘੇ ਹੁੰਦੇ, ਜਿਹੜੇ ਵਿਚਾਰ ਕਰਦੇ ਅੱਜ ਕੀ ਸਬਜੈਕਟ ਲੱਗਾ, ਅੱਜ ਉਹ 'ਚੋਂ ਕੀ ਅਸੀਂ ਲੈਣਾ, ਡੂੰਘੀ ਚੁੱਭੀ ਮਾਰਦਾ ਤੂੰ, ਡੂੰਘੀ ਚੁੱਭੀ, ਜ਼ਰੂਰੀ ਨਹੀਂ ਇੱਥੇ ਭਾਵੇਂ TV ਅੱਗੇ ਲੱਗਾ, ਆਖੋ ਸਾਥੀ, ਉਹਦੇ 'ਚੋਂ ਫਿਰ ਡੂੰਘੀ ਚੁੱਭੀ ਮਾਰ। ਜਦੋਂ ਕਈ ਸੰਗਤਾਂ 'ਚ ਮਿਲਦੀ ਹੈ, ਅਸੀਂ TV ਤੋਂ ਸੁਣ ਕੇ ਹੀ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਏ। ਮੈਂ ਕਿਹਾ ਕਈ ਆ ਕੇ ਨਹੀਂ ਹੋਏ, ਕਈ TV ਤੋਂ ਸੁਣ ਕੇ ਹੋ ਗਏ, ਇਹਨਾਂ ਨੇ ਡੂੰਘੀ ਚੁੱਭੀ ਮਾਰੀ। ਨਿਗੋਰੇ ਨਹੀਂ ਰਹੇ। ਚਲੋ ਗੱਲ ਇੱਧਰ ਛੋਟੀ ਕਰਾਂ, ਇਹ 4 ਤਰ੍ਹਾਂ ਦੇ ਬੰਦੇ ਹੁੰਦੇ ਨੇ ਸੂੰਘੇ ਚੂੰਘੇ ਸੂੰਘੇ ਚੂੰਘੇ। ਮੇਰੇ ਤੋਂ ਵੀ 6 ਇੰਚ ਲੰਬਾ ਸੀ, ਕਿਸੇ ਪੰਜਾਬ ਦੇ ਪਿੰਡ ਦਾ ਹੋਏਗਾ, ਮੇਰੇ ਮੋਢੇ ਹੱਥ ਕਹਿੰਦੇ ਤੁਹਾਡੇ ਨਾਲ ਗੱਲ, ਮੈਂ ਸਮਝਿਆ ਵੀ ਕੋਈ ਗੱਲ ਚੰਗੀ ਨਹੀਂ ਲੱਗੀ, ਪਰ ਮੇਰਾ ਖਿਆਲ ਉਲਟਾ ਨਿਕਲਿਆ। ਮੈਨੂੰ ਸਾਈਡ 'ਤੇ ਲਿਜਾ ਕੇ ਕਹਿੰਦਾ, ਮੈਂ ਰਿਸ਼ਤਾ ਕੀਤਾ ਕਨੇਡਾ 'ਚ ਬੇਟੀ ਆਪਣੀ ਦਾ, ਕਹਿੰਦਾ ਉਹ ਮੀਟ ਦੀ ਰੋਟੀ ਮੰਗਦੇ, ਅਤੇ ਮੈਂ 3 ਵਾਰੀ ਉਹਨਾਂ ਨਾਲ ਮੀਟਿੰਗਾਂ ਕਰ ਚੁੱਕਾ, ਕਹਿੰਦਾ ਵੀ ਮੈਂ ਨਹੀਂ ਦੇਣੀ ਮੀਟ ਦੀ ਰੋਟੀ। ਮਹਾਂਪੁਰਸ਼ਾਂ ਦਾ ਸੰਗੀ ਹੋਏਗਾ, ਮੈਨੂੰ ਕਹਿੰਦਾ ਮੰਨਦੇ ਨਹੀਂ ਕੋਈ, ਭਾਈ ਸਾਹਿਬ ਹੈ ਹੱਲ? ਮੈਂ ਫਿਰ ਲਾਡ ਨਾਲ ਕਹਿਤਾ, ਮੈਂ ਕਿਹਾ ਮੀਟਿੰਗ ਕਰਨ ਇਕੱਲੇ ਗਏ ਸੋ ਕਿ ਗੁਰੂ ਨੂੰ ਨਾਲ ਲਿਆ ਸੀ? ਆਖੋ ਸਾਧਨ, ਹੁਣ ਤੁਸੀਂ ਸੁਣਿਓ ਧਿਆਨ ਨਾਲ, ਉਹ ਬੜਾ ਹੈਰਾਨ ਹੋ ਗਿਆ, ਕਹਿੰਦਾ ਗੁਰੂ ਨੂੰ ਨਾਲ ਕਿਵੇਂ ਲਈਦਾ? ਆਖੋ ਸਾਧਨ, ਹੁਣ ਕਈਆਂ ਦੇ ਭਾਵੇਂ ਹੋਈ ਹੋਈ, ਗੁਰੂ ਬੜੀ ਦੂਰ ਹੈ, ਗੁਰੂ ਅਸੀਂ ਕਿੱਥੋਂ ਨਾਲ ਲੈ ਸਕਦੇ? ਫਿਰ ਆਹ ਪੰਕਤੀਆਂ ਕੀ ਕਹਿੰਦੀਆਂ, ਗੁਰ ਮੇਰੇ ਸੰਗ, ਆਹ ਪੰਕਤੀਆਂ ਕੀ ਕਹਿੰਦੀਆਂ, ਸੋ ਸਤਿਗੁਰ ਪਿਆਰਾ ਮੇਰੇ। ਇਹ ਮੇਰੇ ਨਾਲ ਕਨੇਡਾ ਜੀ, ਮੈਂ ਕਿਹਾ ਜੀ ਮੀਟਿੰਗਾਂ 3 ਇਕੱਲਿਆਂ ਕੀਤੀਆਂ ਕਿ ਗੁਰੂ ਨੂੰ ਨਾਲ ਲਿਆ ਸੀ? ਮੈਨੂੰ ਹੈਰਾਨ ਹੋ ਕੇ ਕਹਿੰਦਾ ਜੀ ਗੁਰੂ ਨੂੰ ਨਾਲ ਕਿਵੇਂ ਲਈ ਦੇ? ਮੈਂ ਕਿਹਾ ਇਕੱਲਿਆਂ ਹੀ ਗਏ ਹੋ? ਕਹਿੰਦੇ ਹਾਂ, ਘਰੋਂ ਤੁਰੇ ਵੀ ਮੀਟਿੰਗ ਕਰਨੀ। ਮੈਂ ਕਿਹਾ ਤਾਂ ਹੀ ਤਾਂ ਮੰਨੇ ਨੀ, ਤਾਂ ਹੀ ਗੱਲ। ਮੈਂ ਕਿਹਾ ਇੱਕ ਮੀਟਿੰਗ ਹੋਰ ਕਰੋ ਤੇ ਗੁਰੂ ਨੂੰ ਨਾਲ ਲੈ ਕੇ ਜਾਏ। ਉਹ ਬੜਾ ਹੈਰਾਨ ਜੀ, ਪਿੰਡ ਦਾ ਬੰਦਾ ਮੇਰੇ ਤੋਂ 6 ਇੰਚ ਉੱਚਾ, ਕਹਿੰਦਾ ਭਾਈ ਸਾਹਿਬ ਗੁਰੂ ਨੂੰ ਕਿਵੇਂ ਖੜੀ? ਮੈਂ ਕਿਹਾ ਜੀ ਜਿਸ ਦਿਨ ਮੀਟਿੰਗ ਰੱਖੋਗੇ ਉਸ ਦਿਨ ਸਵੇਰੇ 3 ਵਜੇ ਅੰਮ੍ਰਿਤ ਵੇਲੇ ਉੱਠਣ। ਉਹਦੇ ਲਫ਼ਜ਼ ਮੈਂ ਸੁਣਾ ਰਿਹਾ, ਉਹਦੇ ਲਫ਼ਜ਼ ਜੀ, ਸਵੇਰੇ 3 ਵਜੇ, ਮੈਂ ਐਵੇਂ ਨਹੀਂ ਨਾਲ ਜਾਂਦਾ। ਆਖੋ ਸਾਥ,
ਉਹਨੇ ਲੰਗਾ ਕੇ ਕਹਿੰਦੇ ਸਵੇਰੇ। ਮੈਂ ਕਿਹਾ ਅਗਲੀ ਗੱਲ ਸੁਣ ਲੈ, ਕਹਿੰਦਾ ਕੀ? ਮੈਂ ਕਿਹਾ 3 ਵਜੇ ਉੱਠਣਾ ਤੇ ਕੇਸੀ ਇਸ਼ਨਾਨ ਕਰਨ, ਕੇਸਾਂ ਸਣੇ ਵੈ ਰੋਜ਼ ਕਰਿਆ ਕਰੋ, ਇਹ ਬੇਨਤੀ ਹੈ ਜਿਹਨਾਂ ਘਰ ਪ੍ਰਕਾਸ਼ ਹੈ। ਖਾਸ ਕਰਕੇ ਗ੍ਰਿਸਤੀ ਦਾ ਬਿਸਤਰਾ ਕਈ ਜੂਠਾ ਹੁੰਦਾ, ਕੇਸੀ ਇਸ਼ਨਾਨ ਫਿਰ 2 ਮੱਘੇ ਹੀ ਪਾਣੇ ਹੁੰਦੇ, ਬਸ 1 ਮਿੰਟ ਲੱਗਦਾ। ਮੈਂ ਕਿਹਾ ਜੀ ਵੀ 3 ਵਜੇ ਉੱਠਣਾ, ਕੇਸਾਂ ਸਣੇ ਇਸ਼ਨਾਨ ਕਰਨਾ, ਘਰ ਜੋ ਜਗ੍ਹਾ ਬਣਾਈ ਨਾ। ਮੈਂ ਕਿਹਾ ਜੋ ਵੀ ਕੋਈ ਸਰੂਪ ਦਾ ਆਸਣ ਲਾਇਆ, ਸ਼ਸਤਰ ਦਾ ਲਾਇਆ ਜਾਂ ਸੈਂਚੀਆਂ ਦਾ ਲਾਇਆ, ਇਹ ਜਗ੍ਹਾ ਜ਼ਰੂਰ ਬਣਾਓ ਘਰਾਂ 'ਚ, ਜਿੱਥੇ ਸਾਈਂ ਦੇ ਆਰਾਧਨਾ ਕਰਨੀ, ਆਸਣ ਤਾਂ ਹੋਵੇ। ਮੈਂ ਕਿਹਾ ਜੀ ਉੱਥੇ ਬਹਿ ਕੇ ਅਤੇ 5 ਪਾੜ ਸੁਖਮਨੀ ਸਾਹਿਬ ਹਾਜ਼ਰੀ ਲਾਉਣੀ ਆਖੋ ਸਾਹਿਬ। ਉਹਨੇ ਮੈਨੂੰ ਫਿਰ ਲੰਬਾ ਕਰਕੇ 5 ਪਾੜ, ਹਾਂਜੀ ਐਵੇਂ ਨਹੀਂ ਜਾਂਦਾ ਨਾਲ ਆਖੋ ਸਾਹਿਬ, ਹਾਂ ਐਵੇਂ ਨਹੀਂ ਜਾਂਦਾ। ਮੈਂ ਕਿਹਾ ਜੀ 5 ਪਾੜ ਜਿੱਧਰ ਵੀ ਜਾਓਗੇ, 3 ਵਜੇ ਉੱਠਣਾ, ਕੇਸੀ ਇਸ਼ਨਾਨ ਕਰਕੇ, ਬਾਕੀ ਨੇਮ ਘਟਾਉਣਾ ਨਹੀਂ ਕੋਈ, 5 ਪਾੜ ਹਾਜ਼ਰੀ, ਫਿਰ ਅਰਦਾਸ ਕਰਕੇ ਨਾ ਗੱਲ 'ਚ ਪੱਲਾ ਪਾ ਕੇ ਇਹ ਕਹਿਣਾ, ਸਤਿਗੁਰੂ ਅੱਜ ਮੀਟਿੰਗ ਰੱਖੀ 9 ਵਜੇ, ਨਾਲ ਚੱਲਣਾ। ਮੈਂ ਕਿਹਾ ਨਾਲ ਚੱਲਣਾ ਇੱਕ ਪਾਸੇ, ਤੂੰ 9 ਵਜੇ ਪਹੁੰਚਣਾ ਉਹ ਤੇਰੇ ਤੋਂ ਪਹਿਲੇ ਪਹੁੰਚਿਆ। ਸੱਚਾਈ ਸੁਣਾ ਰਹੇ ਹਾਂ ਜੀ, ਸ਼ਨੀਵਾਰ ਦਾ ਦਿਨ ਰਾਤੀ ਸਾਡੀ 8:30 ਗੱਲ ਹੋ ਰਹੀ, 8:30। ਉਹ ਜਿਹੜਾ ਸਰੀਰ ਸੀ ਨਾ, ਅਗਲੇ ਦਿਨ ਫੇਰ ਕੀਰਤਨ ਸੀ ਐਤਵਾਰ 7:00-8:00, 8:20-8:25 ਦੇ ਮੈਂ ਜਦੋਂ ਲੰਗਰ ਘਰ ਆਇਆ, ਇੱਕ ਇੱਕ ਪ੍ਰਸ਼ਾਦਾ ਛੱਕ ਕੇ, ਹੁਣ ਜਿੱਥੇ ਰੁਕੇ ਹਾਂ ਉੱਥੇ ਜਾਣਾ, ਉੱਥੋਂ ਦੇ ਮੁਤਾਬਕ ਚੱਲਣਾ ਪੈਂਦਾ, ਪ੍ਰਬੰਧਕ ਕਹਿਣ ਲੰਗਰ ਇੱਥੇ ਛਕਣਾ ਉੱਥੇ ਛਕਣੀ, ਕਿ ਘਰ ਹੋਵੇ ਘਰ ਛਕਣਾ। ਮੈਂ ਲੰਗਰ ਘਰ ਆਇਆ ਤੇ ਮੈਨੂੰ ਜਫੀ ਪਾ ਕੇ ਮਿਲਿਆ, ਮੈਨੂੰ ਕਹਿੰਦਾ ਜੀ ਮੋਰਚਾ ਫਤਿਹ ਹੋ ਗਿਆ। ਤੇਰਾ ਭਲਾ ਹੋਇਆ, ਅਜੇ ਰਾਤੀ ਗੱਲ ਹੋਈ ਹੈ। ਮੈਂ ਕੀ ਮਤਲਬ? ਕਹਿੰਦਾ ਮੋਰਚਾ ਫਤਿਹ ਹੋ ਗਿਆ। ਮੈਂ ਕਿਹਾ ਕੀ ਮਤਲਬ? ਕਹਿੰਦਾ ਮੈਂ ਤੁਹਾਡੇ ਤੋਂ 9 ਵਜੇ ਘਰ ਗਿਆ, ਕੁੜਮਾਂ ਨੂੰ ਫੋਨ ਕੀਤਾ, ਕੁੜਮਾਂ ਨੂੰ ਕਹਿੰਦਾ ਐਤਵਾਰ ਸਵੇਰੇ 10 ਵਜੇ ਦਾ ਸਮਾਂ ਸੈੱਟ ਕਰ ਲਿਆ ਮੀਟਿੰਗ ਦਾ, ਕਹਿੰਦਾ 3 ਵਜੇ ਉੱਠਿਆ, ਕੇਸੀ ਇਸ਼ਨਾਨ ਕੀਤਾ, 5 ਪਾੜ ਸੁਖਮਨੀ ਸਾਹਿਬ ਹਾਜ਼ਰੀ ਲਾਈ, ਅਰਦਾਸ ਕੀਤੀ ਕਿ ਮਹਾਰਾਜ ਨਾਲ ਜਾਇਓ, ਅੱਜ ਮੀਟਿੰਗ ਰੱਖੀ ਹੈ। ਕਹਿੰਦਾ ਅੱਜ ਮੈਨੂੰ ਪਤਾ ਲੱਗਾ ਵਾਕਈ ਗੁਰੂ ਨਾਲ ਕਿਵੇਂ ਜਾਂਦਾ। ਕਹਿੰਦਾ 10 ਵਜੇ ਜਦੋਂ ਉੱਥੇ ਪਹੁੰਚੇ ਤੇ ਉਹ ਕਹਿਣ ਲੱਗੇ, ਦੱਸੋ ਕੀ ਗੱਲ ਕਰਨੀ ਹੈ? ਕਹਿੰਦਾ ਮੈਂ ਇੰਨਾ ਹੀ ਕਿਹਾ ਵੀ ਮੈਂ 3 ਵਾਰੀ ਅੱਗੇ ਵੀ ਬੈਠਾ, ਗੱਲ ਉਹੀ ਕਰਨੀ ਹੈ ਵੀ ਮੇਰੀ ਮਜਬੂਰੀ ਹੈ ਵੀ ਮੈਂ ਮਾਸ ਦੀ ਰੋਟੀ ਨਹੀਂ ਦੇ ਸਕਦਾ, ਮੇਰਾ ਦਾਇਰਾ ਮਹਾਂਪੁਰਸ਼ਾਂ ਜਾਂ ਇਹੋ ਜਿਹੀਆਂ ਸੰਸਥਾਵਾਂ ਜਾਂ ਇਹ ਮੇਰੇ ਵਾਸਤੇ ਬੜਾ ਵੱਡਾ ਕਹਿਰ ਹੈ, ਮੈਂ ਆਹ ਰੋਟੀ ਸ਼ਰਾਬ ਵੀ ਨਹੀਂ ਦੇ ਸਕਦਾ। ਕਹਿੰਦੇ ਉਹ ਮੁੰਡੇ ਵਾਲੇ ਜਿਹੜੇ ਨਾ, ਪਤਾ ਨਹੀਂ ਜਿਵੇਂ ਬਾਬਾ ਪਹਿਲੇ ਬਹਿ ਗਿਆ ਨਾ, ਐਵੇਂ ਤੇ ਇੱਕ ਘਾਲਣਾ ਜਾਣ ਨਹੀਂ ਦਿੰਦਾ 1 ਮਿੰਟ ਦੀ ਉਹ ਬਿਰਥਾ। 5 ਪਾੜ ਕਿਹੜੇ ਸੌਖੇ ਸੁਮਨੀ ਸਰ, ਹੋ ਗਈ ਹੋਣੀ। ਕਹਿੰਦੇ ਅੱਗੇ ਇੰਨੀ ਬਹਿਸ ਕਰਦੇ ਸੀ, ਕਹਿੰਦੇ ਜਦੋਂ ਮੈਂ ਜਾ ਕੇ ਇੰਝ ਗੱਲ ਸ਼ੁਰੂ ਕੀਤੀ ਵੀ ਇਹ ਮੇਰੀ ਮਜਬੂਰੀ ਹੈ, ਇਹਦੇ 'ਚ ਮੈਨੂੰ ਸਾਥ ਦਿਓ, ਤੇ ਕਹਿੰਦੇ ਉਹ ਲੜਕੇ ਦਾ ਪਿਓ ਕਹਿੰਦਾ ਅੱਗੇ ਵੀ ਤੁਸੀਂ 3 ਵਾਰੀ ਇਹ ਗੱਲ ਕਹਿ ਬੈਠੇ ਹੋ, ਤੇ ਕਹਿੰਦਾ ਵੀ ਜਿਵੇਂ ਤੁਹਾਡੀ ਖੁਸ਼ੀ ਹੈ ਨਾ ਉਸ ਤਰ੍ਹਾਂ ਦੀ ਰੋਟੀ ਦੇ ਦਿਓ, ਆਖੋ ਸਾਥ। ਹਾਂ ਕਹਿੰਦਾ ਉਹ ਬੰਦੇ ਜਿਹੜੇ ਮੰਨਣ 'ਚ ਨਹੀਂ ਆਉਣ ਵਾਲੇ, ਕਹਿੰਦੇ ਅੱਜ ਨਾ ਉਹਨਾਂ ਬਹਿਸ ਕੀਤੀ ਏ, ਨਾ ਬਹੁਤੀਆਂ ਕੋਈ ਇਹਦੇ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ। ਮੈਂ ਕਿਹਾ ਫਿਰ ਸਮਝਿਆ? ਕਹਿੰਦਾ ਕੀ? ਮੈਂ ਕਿਹਾ ਉਹ ਜਿਹੜਾ ਕੇਸੀ ਇਸ਼ਨਾਨ, 3 ਵਜੇ ਉੱਠਣਾ, 5 ਪਾੜ ਹਾਜ਼ਰੀ, ਸੁਖਮਨੀ ਸਾਹਿਬ ਤੇ ਅਰਦਾਸ। ਮੈਂ ਕਿਹਾ ਮੈਂ ਯਕੀਨ ਨਾਲ ਕਹਿੰਦਾ ਤੂੰ ਬਾਅਦ 'ਚ ਪਹੁੰਚਿਆ ਹੋਏਗਾ ਕੁੜਮਾਂ ਦੇ ਘਰ, ਸਾਡਾ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਹਿਰਦੇ 'ਚ ਪਹਿਲੇ ਹੀ ਜਾ ਕੇ ਬਹਿ ਗਿਆ ਹੋਇਆ। ਸੱਚਾਈ ਹੁਣ 1-2 ਬਚਨ ਹੋਰ ਸੁਣ ਲਿਓ, ਇਹ ਗੱਲ ਤੁਹਾਡੇ ਹਿਰਦਿਆਂ 'ਚ ਵਸ ਜੇ। ਉਹ ਕਿਹੜੀ? ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਕਹਿੰਦੇ ਜੇ ਦਾਣਾ ਪਾਣੀ ਤੇਰੀ ਧੀ ਦਾ ਲਿਖਿਆ ਨਾ ਉਹਨਾਂ ਘਰ, ਇਹ ਮਤ ਸੋਪ ਮਾਸ ਸ਼ਰਾਬ ਤੋਂ ਰੋਕਣ ਨਾਲ ਉਹ ਦਾਣਾ ਪਾਣੀ ਕੋਈ ਰੋਕ ਨਹੀਂ ਸਕਦਾ, ਕਹਿ ਦਿਓ ਗੱਜ ਕੇ ਆਖੋ ਸਾਹਿਬ। ਹੈ ਵੇ ਕੀ ਕਰਦੇ
ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹੁਣ ਕੋਈ ਲੁਧਿਆਣੇ ਹੈ, ਕੋਈ ਦਿੱਲੀ ਹੈ, ਕੋਈ ਅਮਰੀਕਾ, ਕੋਈ ਕਨੇਡਾ, ਤੁਸੀਂ ਇੱਥੇ ਹੋ ਜਿੱਥੇ ਜਿੱਥੇ ਦਾਣੇ ਲਿਖੇ ਆਪੋ ਸਾਰ ਜਿੱਥੇ ਜਿੱਥੇ ਰਹੇ ਉਹਨੇ ਲਿਖਿਆ। ਦੂਜਾ ਭਜਨ ਸੁਣਿਓ, ਬਾਬਾ ਰਾਮ ਸਿੰਘ ਰਾਮਪੁਰ ਖੇੜੇ ਵਾਲੇ ਉਹ ਕੁੜੀ ਦੇ ਪਿਤਾ ਨੂੰ ਕਹਿੰਦੇ ਜੇ ਤੁਹਾਡੇ ਵਰਗੇ ਗੁਰਸਿੱਖ ਅੰਮ੍ਰਿਤਧਾਰੀ ਹੈ, ਗੱਲ ਬੜੇ ਧਿਆਨ ਨਾਲ ਸੁਣਿਓ, ਜੇ ਤੁਹਾਡੇ ਵਰਗੇ ਗੁਰਸਿੱਖ ਅੰਮ੍ਰਿਤਧਾਰੀ ਇਹ ਕੰਮ ਕਰਨਗੇ ਮਾਸ ਸ਼ਰਾਬਾਂ ਵਾਲਾ ਤੇ ਬਾਕੀਆਂ ਦਾ ਫਿਰ ਕੀ ਹਾਲ ਹੋਏਗਾ ਜਿਨ੍ਹਾਂ ਨੇ ਤੁਹਾਡੇ ਵੱਲ ਵੇਖ ਕੇ ਪ੍ਰੇਰਣਾ ਲੈਣੀ। ਗੱਜ ਕੇ ਆਖੋ ਸਾਹ। ਔਰ ਉਹਨਾਂ ਕੀ ਕਿਹਾ, ਕਹਿੰਦੇ ਅਜੇ ਵੀ ਸਮੇਂ ਬੇਨਤੀ ਕਰ ਜੋਦੜੀ ਜਾ ਕੇ ਕਹਿ ਉਹਨਾਂ। ਕਹਿੰਦਾ ਜੀ ਨਹੀਂ ਇਹ ਹੋ ਨਹੀਂ ਪਾਉਣਾ। ਫਿਰ ਮਹਾਂਪੁਰਸ਼ ਕਹਿੰਦੇ ਜਿਸ ਜਗ੍ਹਾ ਤੇ ਜੀਵ ਦੇ ਸਵਾਦ ਖਾਤਰ ਜੀਵਾਂ ਦਾ ਘਾਣ ਹੋਵੇ ਉੱਥੇ ਅਸੀਂ ਸ਼ਾਮਲ ਨਹੀਂ ਹੋ ਸਕਦੇ। ਆਖੋ ਸਤਨਾਮ, ਉੱਥੇ ਨਹੀਂ ਅਸੀਂ ਆ ਸਕਦੇ। ਇਹ ਹੁਣ ਗੱਲ ਮੈਨੂੰ ਅੱਗੋਂ ਸੁਣਾਉਣ ਨਾਲ ਨਹੀਂ, ਵਿਆਹ ਹੋ ਗਿਆ, ਸ਼ਾਦੀ ਹੋ ਗਈ, ਮਾਸ ਵੀ ਉੱਡਿਆ ਤੇ ਸ਼ਰਾਬ ਵੀ ਉੱਡੀ। ਪਰ ਮੈਂ ਸਿਰਫ ਇੱਕ ਮਿੰਟ 'ਚ ਸੁਣਾ ਦਿਆਂ। ਤਿੰਨ ਦਿਨ ਬਾਅਦ, ਇਹ ਜਲੰਧਰ ਦਾ ਜੀ ਪਰਿਵਾਰ, ਜਲੰਧਰ ਛਾਉਣੀ ਸਕੂਟਰ ਤੇ ਐਕਸੀਡੈਂਟ ਹੋਇਆ ਕੁੜੀ ਦੇ ਪਿਓ ਦਾ। ਸਕੂਟਰ ਤੇ ਐਕਸੀਡੈਂਟ ਹੋਇਆ, ਫਿਰ ਉਹ ਲਿਖਿਆ ਚੂਲਾ ਟੁੱਟ ਗਿਆ। ਆ ਚੂਲਾ ਟੁੱਟ ਗਿਆ, ਕਹਿੰਦੇ ਜਦੋਂ ਹੌਸਪਿਟਲ ਖੜਿਆ ਉਹਨਾਂ ਨੇ ਆਖਿਆ ਵੀ ਇਹ ਬੜਾ ਲੰਬਾ ਕੰਮ ਹੈ, ਦਿੱਲੀ ਲੈ ਜਾਓ। ਉਹ ਇਹ ਕਹਿਣ ਲੱਗੇ ਵੀ ਉਹ ਦਰਦ ਨਾਲ, ਪਰਿਵਾਰ ਵਾਲੇ ਕਹਿੰਦੇ ਹਾਹਾਕਾਰ ਕਰਨ ਦੇ, ਬਹੁਤ ਦਰਦ ਨਾਲ ਹਾਹਾਕਾਰ, ਬਹੁਤ ਬਿਰਲਾਪ, ਤੁਸੀਂ ਸ਼ੁਰੂ ਕਰੋ। ਕਹਿੰਦੇ ਜਦੋਂ ਪੈਰ ਦੇ ਨਾਲ ਵੱਟੇ ਬੰਨੇ, ਵੇਖੋ ਕਿਵੇਂ ਕਰਮ, ਮੈਂ ਇਸ਼ਾਰਾ ਹੀ ਨਹੀਂ ਦੇਣਾ, ਬਸ ਤੁਸੀਂ ਸਮਝ ਲਿਓ ਕਿ ਉਹ ਜੀਵਾਂ ਦਾ ਬਿਰਲਾਪ, ਇੱਕ ਜਿਵੇਂ ਖਿਆਲ ਉਹਦਾ ਹੋ ਗਿਆ ਜਾ ਰਿਹਾ। ਇਹ ਲਿਖਿਆ ਜੀ ਸਾਖੀ ਚ, ਤਿੰਨ ਮਹੀਨੇ ਉਹ ਵਜਨ ਬੰਦੇ ਨੂੰ ਪੈਰਾਂ ਨਾਲ ਜਾਨ ਨਿਕਲ ਜਾਂਦੀ ਬੰਦੇ ਦੀ ਜਿਹਨੂੰ ਚੂਲੇ ਦੀ ਹੋ ਗਈ। ਇੱਧਰ ਵੀ ਵੱਟੇ ਬੰਨੇ ਪੈਰ ਨੂੰ, ਉੱਧਰ ਵੀ ਬੰਨੇ ਵਜਨ। ਇਹ ਮੈਂ ਅੱਖੀ ਵੇਖ ਕੇ ਆਇਆ ਹਾਂ ਚੰਡੀਗੜ੍ਹ, ਜਿਹੜਾ ਵੀ ਆਈ ਵੀ ਜੀ ਅੱਖੀ ਵੇਖ ਕੇ, ਬਹੁਤ ਬੁਰਾ। ਕਹਿੰਦੇ ਉਹ ਤਿੰਨ ਮਹੀਨੇ ਉਰਲਾਟ ਉਰਲਾਟ, ਕਹਿੰਦੇ ਫਿਰ ਇਹੋ ਜਿਹਾ ਗਿਆਨ ਹੋਇਆ ਕਿ ਜਿਹੜਾ ਆਵੇ ਉਹਨੂੰ ਕਵੇ, ਕਹਿੰਦਾ ਮੈਂ ਅਨੇਕਾਂ ਜੀਵਾਂ ਦਾ ਘਾਣ ਕੀਤਾ, ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੈਂ ਉਹਨਾਂ ਨੂੰ ਰਵਾਇਆ ਤੇ ਕੁਰਲਾਇਆ, ਉਤਨਾ ਹੀ ਮੈਨੂੰ ਭੁਗਤਣਾ ਪੈ ਰਿਹਾ। ਫਿਰ ਗਿਆਨ ਤੋਂ ਬਾਅਦ ਜਿਹੜਾ ਰਿਸ਼ਤੇਦਾਰ ਆਵੇ ਨਾ, ਕਹਿੰਦਾ ਹੁਣ ਸਤਿਗੁਰੂ ਮੈਂ ਬੈੱਡ ਤੇ ਹਾਂ ਪਰ ਤੇਰਾ ਪ੍ਰਚਾਰ ਕਰਾਂਗਾ। ਆਖੋ ਸਤਿਗੁਰੂ, ਹੁਣ ਜਿਹੜਾ ਰਿਸ਼ਤੇਦਾਰ ਆਉਂਦਾ ਉਹਨੂੰ ਮੈਂ ਡੱਟ ਡੱਟ ਕਵਾਂਗਾ ਵੀ ਇਹ ਤਾਂ ਮੇਰੇ ਤੇ ਪਰਚਾ ਪਿਆ, ਮੇਰੇ ਮੰਜੇ ਦੇ ਪੈਰ। ਇਹ ਕਹਿਣ ਨਾਲ ਵੀ ਜੇ ਕੋਈ ਮਾਸ ਛੱਡ ਜਾਏਗਾ ਤੇ ਮੇਰੇ ਗੁਰੂ ਗੋਬਿੰਦ ਸਿੰਘ, ਮੈਂ ਮੰਜੇ ਤੇ ਬੈਠਿਆ ਵੀ ਤੇਰੇ ਪ੍ਰਚਾਰ ਦੀ ਹਾਜ਼ਰੀ ਲਾ ਲਈ। ਉਹਨੇ ਆਪਣਾ ਕਿੱਸਾ ਜਾਣ ਕੇ ਸੁਣਾਉਣਾ। ਆਖੋ ਸਤਿਨਾਮ, ਤੋ ਜਿੰਨੀਆਂ ਸੰਗਤਾਂ ਬੈਠੀਆਂ ਜੇ, ਇਹ ਅੱਜ 31ਵਾਂ ਭਾਗ 8ਵਾਂ ਫਰਜ਼ ਵਿਆਹ ਦੇ ਆਨੰਦ ਕਾਰਜਾਂ 'ਚ ਇਹ ਮਾਸ ਸ਼ਰਾਬ ਦੇ ਪਰਹੇਜ ਹੋਣ। ਆਓ ਬੜੇ ਪਿਆਰ ਦੇ ਨਾਲ, ਕੋਈ ਵਾਂਝਾ ਨਾ ਰਹੇ, ਇਹ ਜਿਹੜਾ ਸਬਜੈਕਟ ਚੱਲ ਰਿਹਾ ਅੱਜ 31ਵਾਂ ਭਾਗ ਅਤੇ 8ਵਾਂ ਫਰਜ਼ ਆਨੰਦ ਕਾਰਜਾਂ ਦੇ ਵਿੱਚ ਜਿਹੜੀ 5ਵੀਂ ਗੱਲ ਆਪ ਜੀ ਨੇ ਸਰਵਣ ਕੀਤੀ ਹੈ, ਤੁਹਾਡੇ ਸਾਰਿਆਂ 'ਤੇ ਕਿਰਪਾ। ਪਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਤੋੜ ਨਾ ਸਕੇ, ਜੀਵ ਦੀ ਸਵਾਦ ਖਾਤਰ ਇਸ ਪਾਸੇ ਹੋਰ ਕਿਸੇ ਵੀ ਕਾਰਨ ਕਰਕੇ ਇਸ ਪਾਸੇ। ਬਾਕੀ ਮੈਂ ਜ਼ਿਆਦਾ ਇਹਦਾ ਲਿਆ ਨਹੀਂ ਮਾਸ ਦਾ, ਉਹ ਕਿਉਂਕਿ ਤੁਸੀਂ ਸਬਜੈਕਟ ਸਾਰੇ ਸੁਣਦੇ ਰਹਿੰਦੇ ਹੋ, ਕੋਈ ਦੁਨੀਆ ਦਾ ਵਿਟਾਮਿਨ ਨਹੀਂ ਜਿਹੜਾ ਬਾਣੀ ਦੁਆਰਾ ਨਾ ਪੂਰਾ ਹੋ ਜਾਵੇ। ਆਖੋ ਸਤਿਨਾਮ, ਮਹਾਰਾਜ ਤੁਹਾਡੇ ਅੰਦਰ ਵਿਲ ਪਾਵਰ ਰੱਖੇ। ਆਓ ਬੜੋ ਪਿਆਰ ਨਾਲ ਸਾਰੇ ਕਿਰਪਾ ਕਰੇ।